ਅਸਲਾਮ ਵਾਲੇਕੁਮ ਨਾਜ਼ਰੀਨ ਮੈਂ ਹਾਂ ਡਾਕਟਰ ਅਰਸ਼ ਨਦੀਮ ਆਵਾਂ ਤੇ ਮੇਰੇ ਨਾਲ ਜੜਨ ਬੈਠੇ ਨੇ ਡਾਕਟਰ ਰਜ਼ਾ ਕਾਜ਼ਮੀ ਸਾਹਿਬ ਤੁਹਾਡੇ ਨਾਲ ਪਿਛਲੀ ਵੀਡੀਓ ਦੇ ਚੱਕਰ ਮਨੇ ਗੱਲ ਕੀਤੀ ਕਿਸੀ ਯੂਨਾਈਟਿਡ ਕਿੰਗਡਮ ਦੇ ਚੱਕਰ ਯੂਕੇ ਦੇ ਚੱਕਰ ਰਹਿਣ ਨੇ ਜਿੰਨੇ ਵੀ ਪਿਸ਼ੋਰੀਵਾਨ ਭਰਾਵਾ ਅਸੀਂ ਉਹਨਾਂ ਦੇ ਨਾਲ ਇੰਟਰਵਿਊ ਕਰਸੀਆਂ ਤੇ ਤੁਹਾਡੇ ਨਾਲ ਬੈਠ ਕੇ ਗੱਲਬਾਤ ਕਰਸੀਆਂ ਤੇ ਇੱਕ ਪਿਸ਼ੋਰੀ ਮਹਿਫਿਲ ਜਿਹੜੀ ਤੇ ਉਸ ਸਜਾਸੀਆਂ ਯਕੀਨਨ ਇਹ ਸਾਡੀ ਜ਼ੁਬਾਨ ਹੈ ਸਾਨੂੰ ਅੱਛੀ ਲੱਗਦੀ ਹੈ ਅਸੀਂ ਜਿੱਥੇ ਵੀ ਹੋਈਆਂ ਦੁਨੀਆ ਦੇ ਕਿਸੇ ਕੋਨੇ ਤੇ ਵੀ ਹੋਈਆਂ ਅਸੀਂ ਆਪਣੀ ਜ਼ੁਬਾਨ ਬੋਲਣਾ ਪਸੰਦ ਕਰਨੇ ਆ ਤੇ ਆਪਣੀ ਜ਼ੁਬਾਨ ਦੇ ਜਿੰਨੇ ਵੀ ਲੋਕ ਉਹਨਾਂ ਦੇ ਨਾਲ ਜਿਹੜਾ ਸਾਡਾ ਰੱਬ ਚਾਹੇ ਤੇ ਜ਼ਰੂਰ ਹੁੰਦਾ ਸਾਡੇ ਨਾਲ ਬੜੀ ਖੂਬਸੂਰਤ ਇਹਨਾਂ ਕੋ ਬੋਲੀ ਬੋਲਨੇ ਵਾਲੇ ਜਿਹੜੇ ਤੇ ਡਾਕਟਰ ਸਾਹਿਬ ਬੈਠੇ ਡਾਕਟਰ ਸਾਹਿਬ ਸੁਣਾਓ ਕੀ ਹਾਲ ਹੈ ਖੈਰ ਖੈਰ ਜੀ ਅੱਲਾ ਦਾ ਸ਼ੁਕਰ ਜੀ ਤੁਹਾਡਾ ਬੜੀ ਬੜੀ ਮਿਹਰਬਾਨੀ ਤੁਸੀਂ ਅੱਜ ਆਇਓ ਸਾਡੇ ਕੋਲ ਬੈਠੇ ਹੋ ਤੇ ਸਾਡੇ ਪ੍ਰੋਗਰਾਮ ਨੂੰ ਇੰਜਾਇ ਪੈਸੀ ਕਰਨੀ ਆ ਦੇਖਣ ਲਈ ਜ਼ਰੂਰ ਇੰਜਾਇ ਕਰ ਸੰਜੀਪ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਤੁਹਾਡੀ ਬੜੀ ਮਿਹਰਬਾਨੀ ਅੱਛਾ ਇਹ ਸੋਚੀ ਕਿ ਇਥੇ ਜਿਹੜਾ ਤੁਸੀਂ ਮਤਲਬ ਹੈ ਕਿ ਚਿਲड्रन ਸਪੈਸ਼ਲਿਸਟ ਦੀ حیثیت ਦੇ ਉਤੇ ਡਾਕਟਰ ਹੋ ਤੁਸੀਂ ਇਥੇ पे ਕੰਮ ਕਰਦੇ ਹੋ ਐਨ ਐਚ ਐਸ ਦੇਚਾਰ ਔਰ ਕੁਝ ਭਾਵਾਂ ਦੇ ਨਾਲ ਤਾਲਕ ਹੈ ਇਥੇ ਜਿਹੜੇ ਕਿ ਸ਼ਹਿਰ ਦੇ ਹੋਣ ਜਾਂ इनको बोलने वाले ਹੋ ਸ਼ਹਿਰ ਦੇ ਜਿਹੜੇ ਇਥੇ ਹੈ ਇੰਗਲੈਂਡ ਵਿੱਚ ਮਸਲਾ ਇਹ ਬੜੇ ਜ਼ਿਆਦਾ ਸਕੈਟਰਡ ਹੈ हां जी यानी ਸਾਡੇ ਇੱਕ ਬਡੇ ਭਾਈ ਹੈ ਲੀਡ ਇਟਿੰਗ ਹਸਪਤਾਲ ਵਿੱਚ ਕੰਮ ਕਰਦੇ ਆ ਉਹ ਇੱਥੇ ਜਿਹੜੇ ਕੰਸਲਟੈਂਟ ਹਨ ਲੰਡਨ ਵਿੱਚ ਆਈ ਥਿੰਕ ਕਿੰਗ ਕਿੰਗਸ ਕਾਲਜ ਹਸਪਤਾਲ ਵਿੱਚ ਕੰਮ ਕਰਦੇ ਆ ਮੇਰੇ ਖਿਆਲ ਇਹ ਸ਼ਾਇਦ ਰਾਇਲ ਲੰਡਨ ਚਲੇ ਗਏ ਉਹਨਾਂ ਦੇ ਨਾਲ ਮੇਰੀ ਇੱਕ ਮੁਲਾਕਾਤ ਹੋਈ ਉਹ ਵੀ ਤਕਰੀਬਨ 4 ਸਾਲ ਪਹਿਲੇ ਮੇਰੇ ਖਿਆਲ 2018 ਵਿੱਚ ਉਹਨਾਂ ਦੇ ਨਾਲ ਮੇਰੀ ਇੱਕ ਮੁਲਾਕਾਤ ਹੋਈ ਮਸਲਾ ਇਹ ਹੋ ਜਾਂਦਾ ਇੱਥੇ ਜਿਹੜਾ ਤੁਹਾਨੂੰ ਪਤਾ ਹੈ ਲੋਕਾਂ ਦੇ ਜਿਹੜੇ ਕਮਿਟਮੈਂਟਸ ਹਨ ਬਹੁਤ ਜ਼ਿਆਦਾ ਹੁੰਦੀ ਐ ਫਿਰ ਹਰ ਇੱਕ ਦੀ ਲਾਈਫ ਸਟਾਈਲ ਜਿਹੜੀ ਉਹ ਬੀਜ਼ੀ ਹੁੰਦੀ ਐ ਆਪਣੇ ਆਪਣੇ ਨੰਦੇ ਕੰਮ ਹੁੰਦੇ ਐ ਹਰ ਸ਼ਾਇਦ ਟਾਈਮ ਮੁਕਰਰ ਹੁੰਦਾ ਐ ਇਹ ਜਿਹੜੇ ਪ੍ਰੋਬਲਮ ਆਂਦੇ ਜੀ ਕਲਚਰਲ ਪ੍ਰੋਬਲਮ ਆਂ ਆ ਸਹੀ ਗੱਲ ਹੈ ਇਹ ਇਸ ਜਿਹੜਾ ਅਸੀਂ ਕਲਚਰਲ ਡਿਫਰੈਂਸ ਨਾਜ਼ੀ ਨਸੀ ਜਿਸ ਤਰੀਕੇ ਤੇ ਅਸੀਂ ਆਪਣੇ ਸ਼ਹਿਰ ਦੇ ਕਰ ਜਿੱਥੇ ਵੀ ਜਾਈਆਂ ਲੰਘ ਦੇ ਲੰਘ ਦੇ ਕਿਸੇ ਨੂੰ ਬੂਆ ਖੜਕਾ ਕੇ ਉਹਦੇ ਕੋਲ ਬੈਠ ਗਏ ਕਿਸੇ ਦੀ ਦੁਕਾਨ ਦੇ ਉੱਤੇ ਬੈਠ ਗਏ ਕਿਸੇ ਕੋਲ ਬੈਠ ਕੇ ਕਾਵਾ ਚਾਹੇ ਤੇ ਪਿਆਲੀ ਦੀ ਕਾਵਾ ਪਿਆਲੀ ਸਾਨੇ ਪੀ ਛੋੜੀ ਇਹ ਇਥੇ ਜਿਹੜਾ ਸਿਸਟਮ ਹੈ ਨਿੰਗਾ ਰਜ਼ਾ ਸਾਹਿਬ ਨੇ ਕਿਸੇ ਜ਼ਰਾ ਜੇ ਥੋੜੀ ਜੀ ਜੋ ਤੇ ਐਕਸਪਲੇਨ ਕਰੋ ਕਿ ਥੋੜਾ ਜਿਹਾ ਸਾਰੇ ਸਾਥੀਆਂ ਨੂੰ ਪਤਾ ਲੱਗੇ ਕਿ ਆ ਇਥੇ ਜ਼ਿੰਦਗੀ ਦੀ এনवायरमेंट ਤੇ ਲੋਕਾਂ ਨਾਲ ਮਿਲਨੇ ਜੁਲਨੇ ਦੀ ਸਿਸਟਮ ਕੀ ਹੁੰਦਾ ਜੀ ਦੇਖੋ ਜੀ ਸਾਡੇ ਪਿਸ਼ੋਰ ਦਾ ਤੇ ਬੜਾ ਅੱਛਾ ਮਾਹੌਲ ਹੈ ਜਿਸ ਤਰ੍ਹਾਂ ਤੁਹਾਨੇ ਗੱਲ ਕੀਤੀ ਕਿਸੇ ਦੇ ਕਾਰਛਲੇ ਜੋ ਬੋ ਖੜਕਾਓ ਅੰਦਰ ਚਲੇ ਜਾਓ ਹੈਲੋ ਆਈ ਕੈਰੋਲੋਜੀ ਜਾਂ ਜਿਕਾਵਾ ਕਮਨਸਲੰਕਮ ਕਿਸਾਨੋ ਰੋਟੀ ਵੀ ਖਾਣ ਜੀ ਰੋਟੀ ਵੀ ਖਾਣ ਇਥੇ ਜਿਹੜਾ ਇੱਥੇ ਆ ਕੇ ਅੱਛੇ ਅੱਛੇ ਪਿਸ਼ੋਰੀ ਵੀ ਜੜਾ ਨਾ ਉਹ ਜਿਹੜੀ ਇਥੋਂ ਦੀ ਆਬੋ ਹਵਾ ਹੈ ਉਹਦਾ ਥੋੜਾ ਜਿਹਾ ਇਹ ਅਸਰ ਹੁੰਦਾ ਹੈ ਆਦਾ ਆਂਗਰੇਜ਼ ਹੋ ਜਾਂਦਾ ਹੈ ਆਦਾ ਆਂਗਰੇਜ਼ ਹੋ ਜਾਂਦਾ ਹੈ ਆਦਾ ਫਿਰ ਵੀ ਪਿਸ਼ੋਰੀ ਹੁੰਦਾ ਆਦਾ ਆਂਗਰੇਜ਼ ਹੋ ਜਾਂਦਾ ਹੈ ਇੱਥੇ ਜਿਹੜੀ ਲਾਈਫ ਹੈ ਉਹ ਬੜੀ ਕੈਲਕੂਲੇਟਡ ਮੈਂ ਹਮੇਸ਼ਾ ਲੋਕਾਂ ਨੂੰ ਕਹਿਣਾ ਜਿਹੜੇ ਸਾਡੇ ਭਾਈ ਪੈਂਟ ਦੇ ਪਿਸ਼ੋਰੀ ਚ ਬੈਠੇ ਹੋਣੋ ਦੇਖਦੇ ਇੱਥੇ ਜਿਹੜੀ ਲਾਈਫ ਹੈ ਉਹ ਬਿਲਕੁਲ ਕੈਲਕੂਲੇਟਡ ਜਿਸ ਤਰ੍ਹਾਂ ਤੁਸੀਂ ਕੋ ਕੰਪਿਊਟਰ ਵਿੱਚ ਪ੍ਰੋਗਰਾਮ ਹੋਈ ਨਹੀਂ ਹੁੰਦੀ ਬਿਲਕੁਲ ਉਸ ਦੇ ਮੁਤਾਬਕ ਤੁਸੀਂ ਚੱਲਦੇ ਹੋ ਯਾਨੀ ਤੁਹਾਨੂੰ ਪਤਾ ਹੁੰਦਾ ਮੈਂ ਸਵੇਰ 9 ਵਜੇ ਮੈਂ ਡਿਊਟੀ ਤੇ ਜਾਸਾਂ 5 ਵਜੇ ਮੈਂ ਵਾਪਸ ਆਸਾਂ ਮੇਰੇ ਬੱਚੇ ਇਸ ਟਾਈਮ ਤੇ ਸਕੂਲ ਜਾਂਦੇ ਨੇ ਇਸ ਟਾਈਮ ਸਕੂਲ ਸਿਓ ਵਾਪਸ ਆਸਾਂ ਇਸ ਟਾਈਮ ਉਹਨਾਂ ਦਾ ਟਿਊਸ਼ਨ ਦਾ ਟਾਈਮ ਹੈ ਜਾਂ ਇਸ ਟਾਈਮ ਮੈਂ ਜਾਸਾਂ ਗ੍ਰੋਸਰੀ ਲੈ ਕੇ ਆਸਾਂ ਇਹ ਟਾਈਮ ਮੇਰਾ ਟੀਵੀ ਦੇਖਣਾ ਇਹ ਟਾਈਮ ਮੇਰਾ ਖਾਣਾ ਖਾਣੇ ਦਾ ਇਹ ਟਾਈਮ ਤੇ ਦੁਕਾਨਾਂ ਬੰਦ ਹੋ ਜਾਂਦੀਆਂ ਤੇ ਉਹ ਤੁਸੀਂ ਦੇਖੋ ਤੇ ਤੁਹਾਡਾ ਇਹ ਹਫਤੇ ਦਾ ਪ੍ਰੋਗਰਾਮ ਜਿਹੜਾ ਆਲਰੇ ਇਹ ਤਕਰੀਬਨ ਇੱਥੇ ਦੀ ਹਰ ਆਦਮੀ ਦਿਖਾਈ ਦੇ ਪੂਰੇ ਇੰਗਲੈਂਡ ਦੇ ਰਿਸਪੈਕਟਿਵ ਕਿ ਉਹ ਪਿਸ਼ੋਰੀ ਹੈ ਪਠਾਨ ਹੈ ਜਿੱਧਰੋਂ ਵੀ ਆਇਆ ਹੋ ਇੱਥੇ ਇੱਕਦਮ ਆ ਜਾਵੇ ਤੇ ਇੱਥੇ ਦੀ ਆਬਾਵਾਏ ਜੇ ਤੁਸੀਂ ਇਸ ਸਿਸਟਮ ਦਾ ਹਿੱਸਾ ਪਾੜ ਜੇ ਹਿੱਸਾ ਪਾੜ ਜਾਂਦੇ ਹੋ ਤੇ ਇਹ ਸ਼ਾਇਦ ਮੈਂ ਬੜੇ ਮਿਸ ਕਰਨਾ ਜੀ ਕਿਉਂਕਿ ਤੁਸੀਂ ਉਹ ਦੇਖੋ ਜਿਹੜਾ ਕਦੀ ਕਦੀ ਆਪਸ ਵਿੱਚ ਗੱਪ ਲਾਣਿਆ ਇਹਨੇ ਉਹ ਦੇਖੋ ਜੀ ਯਾਨੀ ਇਹੀ ਹੁੰਦਾ ਹੈ ਸ਼ਾਮ ਨੂੰ ਮੈਂ ਮੇਰੇ ਰੋਕੀ ਨੇ ਜੀ ਬਿਲਕੁਲ ਤਕਰੀਬਨ ਤਕਰੀਬਨ 6-7 ਵਜੇ ਮੈਂ ਦੋਸਤਾਂ ਦੇ ਨਾਲ ਬੈਠ ਗਿਆ ਕਿ ਦਿਨ ਜਾ ਕੇ ਕਾਵਾ ਪੀ ਲੀਤਾ ਕਿਸੇ ਨਾਲ ਰੋਟੀ ਖਾ ਲਈਤੀ ਗੱਪਸ਼ਾਪ ਹੋ ਗਈ ਇਹ ਤਕਰੀਬਨ ਹਰ ਦੂਸਰੇ ਤੀਸੇ ਦਿਨੇ ਹੀ ਰੁਟੀਨ ਜੀ ਹਾਂ

ਪੰਜ ਸ਼ਾਮ 7 8 9 ਵਜੇ ਸੀ ਬਾਤ ਸ਼ੁਰੂ ਹੁੰਦੀ ਹੈ ਉਹ ਕਿਸੇ ਨਾਲ ਮਿਲਣੇ ਸਜਾਂਦੇ ਆਪਣੇ ਦੋਸਤਾਂ ਨਾਲ ਚਲੇ ਜਾਂਦੇ ਮਰਦ ਅਸਰਤ ਬਾਹਰ ਜਾ ਕੇ ਕਵਾ ਪੀਂਦੇ ਨੇ ਜਨਾਨੇ ਜਿਹੜੇ ਇੱਕ ਦੂਏ ਦੇ ਕਾਰ ਜਾ ਕੇ ਤੇ ਹੈਲੋ ਆਏ ਕਰਦੇ ਨੇ ਆਪਣੇ ਰਿਸ਼ਤੇਦਾਰਾਂ ਦੇ ਕੰਮ ਇੱਥੇ ਉਹ ਸਿਸਟਮ ਬਿਲਕੁਲ ਹੈ ਨਹੀਂਗਾ ਇੱਥੇ ਜੜੀ ਹੈ ਤੇ 6 ਜੇ ਦੁਕਾਨਾਂ ਨੂੰ ਤਾਲੇ ਲੱਗ ਜਾਂਦੇ ਨੇ ਚੀਜ਼ਾਂ ਬੰਦ ਹੋ ਜਾਂਦੀਆਂ ਆਰ ਬੰਦਾ ਆਪਣੇ ਕਾਰ ਦਾਜ ਕਰ ਮਹਿਸੂਸ ਹੋ ਜਾਂਦਾ ਇਹ ਤੇ ਉਹੀ ਗੱਲ ਮੇਰੀ ਤੇ ਡਾਕਟਰ ਸਾਹਿਬ ਦੀ ਯੂਨਾਈਟਿਡ ਕਿੰਗਡਮ ਦੇ ਵਾਲੇ ਦੇ ਨਾਲ ਇੰਗਲੈਂਡ ਦੇ ਵਾਲੇ ਦੇ ਨਾਲ ਉਹਨਾਂ ਮੈਂ ਤੁਹਾਨੂੰ ਇੱਕ ਦੂਜੀ ਗੱਲ ਬਤਾਨਾ ਡਾਕਟਰ ਸਾਹਿਬ ਜਿਹੜੇ ਨੇ ਤੇ ਪ ਸਾਡਾ ਜਿਹੜਾ ਕਲਚਰ ਹੈ ਉਹਦੀ ਥੋੜੀ ਜੀ ਬੁਨਿਆਦ ਦਾ ਨੂੰ ਵੀ ਜਿਹੜਾ ਤੇ ਬੜੇ ਅچھے ਤਰੀਕੇ ਨਾਲ ਜਾਣਦੇ ਜਿੱਥੇ ਅਸੀਂ ਬੈਠੇ ਬੈਠੇ ਬੜੇ ਮਜ਼ੇਦਾਰ ਕਦੀ ਕਦੀ ਜੜੇ ਤੇ ਫਾਰਸੀ ਦੇ ਮਾਅਰਬੀ ਬੋਲ ਲਦੇ ਤੇ ਮੈਨੂੰ ਪੁੱਛੇ ਮੈਨੂੰ ਕਿ ਜੀ ਤੁਸੀਂ ਬਤਾਓ ਕਿ ਸਾਡਾ ਤੇ ਫਾਰਸੀ ਦੇ ਜਿਹੜਾ ਰਬਤ ਆਇਆ ਉਹ ਕਿਸ ਤਰ੍ਹਾਂ ਕਿਉਂਕਿ ਜ਼ਿਆਦਾਤਰ ਪੁਰਾਣੇ ਪਿਸ਼ਵਰੀਵਾਨ ਜਿਹੜੇ ਉਹ ਹੁਣ ਵੀ ਕਰਾਂ ਦੇ ਕਰ ਜਿਹੜੇ ਤੇ ਫਾਰਸੀ ਬੋਲਦੇ ਥੋੜਾ ਜੀ ਉਸਾਰਾ ਜੀ ਬਤਾਓ ਜੀ ਬਿਲਕੁਲ ਜੀ ਬਿਲਕੁਲ ਤੁਸੀਂ ਇਹ ਜਿਹੜਾ ਦੇਖੋ ਇਹ ਸਾਡੇ ਇੱਕ ਪਿਸ਼ੋਰ ਦੇ ਬੜੇ ਮਸ਼ਹੂਰ ਡਾਕਟਰ ਡਾਕਟਰ ਅਮਜਦ ਹੁਸੈਨ ਜੀ ਹਾਂ ਅ ਤਾਰੀਖੀ ਪਿਸ਼ੌਰ ਤੇ ਤਕਰੀਬਨ ਮਨੁ ਸਹੀ ਨਾਮ ਤੇ ਨਹੀਂ ਆਂਦਾ ਕੋ ਜ਼ਿਆਦਾਤਰ ਇਹਨਾਂ ਦੀ ਜਿਹੜੀ ਕਿਤਾਬਾਂ ਉਹ ਪਿਸ਼ੌਰ ਦੀ ਤਾਰੀਖ ਦੀ ਤਾਰੀਖ ਦੇ ਹਵਾਲੇ ਦੇ ਨਾਲ ਜੀ ਪਿਸ਼ੌਰ ਦੀ ਤਾਰੀਖ 5 4 5000 ਸਾਲ ਪੁਰਾਣੀ ਤਾਰੀਖ ਹੈ ਲਾਈਕ ਕਨਸੀਡਰ ਕੀਤਾ ਜਾਂਦਾ ਹੈ ਕਿ ਦੁਨੀਆ ਦੇ ਜਿਹੜੇ 올 ਤਰੀਨ ਸਿਟੀਜ਼ਨ ਉਸ ਵਿੱਚ ਇੱਕ ਜਿਹੜਾ ਪਿਸ਼ੌਰ ਹੈ ਪਿਸ਼ੌਰ ਹੈ ਜਿਸ ਤਰ੍ਹਾਂ ਮੁਖਤਾਰ ਅਲੀ ਨਈਰ ਸਾਹਿਬ ਮਰਹੂਮ ਜਿਹੜੇ ਉਹਨਾਂ ਨੇ ਵੀ ਜਿਹੜੇ ਦੇ ਉੱਤੇ ਕਾਫੀ ਡਿਟੇਲ ਨਾਲ ਕਿਤਾਬਾਂ ਲਿਖੀਆਂ ਜੀ ਹਾਂ ਤੇ ਪਿਸ਼ੌਰੀ ਤਾਰੀਖ ਵਿੱਚ ਤੁਸੀਂ ਦੇਖੋ ਇਹ ਪਿਸ਼ੌਰੀ ਲੈਂਗੁਏਜ ਪਿਸ਼ੌਰੀ ਕਲਚਰ ਦੇ ਉੱਤੇ फारसी वन कल्चर ईरानियन कल्चर जड़ा, है, उसका बड़ा ज्यादा इन्फ्लुएंस है वो क्यों? कि तकरीबन तक डेढ़ दो हजार साल पहले है, बहुत ज्यादा हिजरत उस साइड नादर शाह आदवर गुजरे उस भी लोगों ने हिजरत की थी तो लोग आए फिर इत राजवास गए उन्होंने अगे इतने जनरे जनरे मैरिजिज लोगल लोग ਤੇ ਉਹ ਜਿਹੜਾ ਵੈਰੀ ਸਟਰੋਂਗ ਇਰਾਨੀਅਨ ਇਨਫਲੂਐਂਸ ਜਿਹੜਾ ਉਹ ਆਇਆ ਤੇ ਉਹਨਾਂ ਦੇ ਨਾਲ ਜਿਹੜੀ ਉਹਨਾਂ ਦੀ ਨਾ ਸਿਰਫ ਸਕਾਫਤ ਉਹਨਾਂ ਦੀ ਲੈਂਗੁਏਜ ਵੀ ਆਈ ਫਾਰਸੀ ਲੈਂਗੁਏਜ ਫਿਰ ਫਾਰਸੀ ਲੈਂਗੁਏਜ ਤੁਸੀਂ ਇਰਾਨੀਜ ਦੇਖੋ ਤੇ ਉਹ ਸਮਝਣੀ ਬੜੀ ਮੁਸ਼ਕਿਲ ਹੈ ਉਹ ਈਵਨ ਲਾਈਕ ਕੋਈ ਬੋਲੇ ਨਾ ਬੜੀ ਮੁਸ਼ਕਿਲ ਲੱਗਦੀ ਤਾਂ ਵੀ ਫਾਰਸੀ ਨੂੰ ਕਹਿੰਦੇ ਉਹ ਜਿਹੜਾ ਉਹਦੀ ਪ੍ਰੋਨਨਸੀਏਸ਼ਨ ਹੈ ਉਹ ਬੜੀ ਡਿਫਿਕਲਟ ਹੈ ਬਿਲਕੁਲ ਜੀ ਤੁਸੀਂ ਸਾਡੇ ਪਿਸ਼ੋਰ ਦੀ ਤੁਸੀਂ ਫਾਰਸੀ ਦੇਖੋ ਤਾਂ ਉਹ ਜਿਹੜੀ ਉਹ ਜਿਹੜਾ ਡਾਇਲੈਕਟ ਹੈ ਉਹਨੂੰ ਉਹਨੂੰ ਵਾਲਾ ਡਾਇਲੈਕਟ ਹੈ ਤੇ ਉਹਦੇ ਨਾਲ ਬੜੀ ਜ਼ਿਆਦਾ ਜਿਹੜੀ ਉਹ ਉਹਦੀ ਜਿਹੜੀ ਮਿਕਸ ਅਪ ਹੋ ਜਾਂਦੀ ਹੈ ਉਸ ਮਿਸਾਲ ਮੈਂ ਤੁਹਾਨੂੰ ਹੀ ਦੇਣਾ ਹੈ ਜਿਹੜਾ ਪਿਸ਼ਔਰ ਦਾ ਜਿਹੜਾ ਲਾਈਕ ਪਿਸ਼ੋਰੀ ਤੇ ਉਹਨੂੰ ਫਾਰਸੀ ਆਂਦੀ ਹੋਏ ਉਹ ਜਾ ਕੇ ਇੱਕ ইরਾਨੀ ਨੂੰ ਦੇ ਨਾਲ ਬੋਲੇ ਉਹ ਕਹਿੰਦੇ ਨੇ ਯਾਰ ਇਹ ਕਿਹੜਾ ਡਾਇਲੈਕਟ ਹੈ ਤੁਹਾਡਾ ਇਹ ਕਿਹੜਾ ਡਾਇਲੈਕਟ ਹੈ ਤਿਸੇ ਮਨੂੰ ਇੱਕ ਲਤੀਫਾ ਜੀ ਯਾਦ ਆਇਆ ਜੀ ਉਹ ਕਹਿੰਦੇ ਨੇ ਜੀ ਕਿ ਇੱਕ ਪਿਸ਼ੋਰੀ ਜਿਹੜਾ ਉਹ ਜਾ ਕੇ ইরਾਨੀ ਦੇ ਨਾਲ ਮਿਲਿਆ ਤਾਂ ਉਹਦੇ ਨਾਲ ਉਹਨੇ ਫਾਰਸੀ ਚ ਗੱਪ ਲਾਈ ਜੀ ਉਹਨੇ ਕਿਹਾ ਯਾਰ ਮੈਨੇ ਤੇ ਫਾਰਸੀ ਠੀਕ ਹੈ ਮੈਨੂੰ ਪਤਾ ਹੈ ਫਾਰਸੀ ਦਾ ਡਾਇਲੈਕਟ ਇਹ ਕਿਹੜਾ ਡਾਇਲੈਕਟ ਹੈ ਜਿਹੜਾ ਤੂੰ ਪਿਸ਼ੋਰੀ ਬੋਲਦਾ ਹੈ ਤੁਨੇ ਕੀ ਆਸੇ ਉਹਨੇ ਯਾਰ ਸਾਡੀ ਫਾਰਸੀ ਜੇ ਇਤ ਕੋ ਜੜੀ ਹੈ ਨਾ ਇਹ ਮਿਕਸ ਅਪ ਹੋ ਗਈ ਹੈ। ਯਾਨੀ ਕਿ ਮੈਂ ਤੁਹਾਨੂੰ ਇੱਕ ਮੁਹਾਵਰਾ ਸ਼ੇਰ ਜਿਹਾ ਸੁਣਾਣਾ ਉਸੇ ਤੁਹਾਨੂੰ ਅੰਦਾਜ਼ਾ ਹੋ ਜੀ ਸੀ ਕਿ ਪਿਸ਼ੋਰੀ ਫਾਰਸੀ ਕਿ ਹੁੰਦੀ ਹੈ। ਸਹੀ ਉਹਨੇ ਜਿਹੜਾ ਮੁਹਾਵਰਾ ਹੈ ਉਹ ਸੁਣਾਇਆ ਉਹ ਕਹਿੰਦਾ ਜੀ ਦਰ ਦੇਵੜੀ ਮਾ ਯਕ ਅਸ ਇਸਤਾਦਾਸ। ਅੱਛਾ ਦਰ ਦੇਵੜੀ ਮਾ ਯਕ ਅਸ ਇਸਤਾਦਾਸ। ਯਾਨੀ ਦਰ ਦੇਵੜੀ ਯਾਨੀ ਮੇਰੀ ਦੇਵੜੀ ਇੱਕ ਜੜਾ ਉਹ ਘੋੜਾ ਹਰ ਆਂਦੇ ਜਾਂਦੇ ਰਾ ਲਤ ਮੀਜ਼ਾ ਹਰ ਲਤ ਮੀਜ਼ਾ ਹਰ ਆਂਦੇ ਜਾਂਦੇ ਰਾ ਲਤ ਮੀਜ਼ਾ ਯਾਨੀ ਜਿਹੜਾ ਆਂਦਾ ਜਾਂਦਾ ਉਹਨੂੰ ਲਤ ਮਾਰਦਾ ਬੜਾ ਅੰਦਰ ਬੰਦ ਹੋਏ ਉਹਨਾਂ ਨੇ ਤੇ ਵੀ ਆਂਦੇ ਜਾਂਦੇ ਲਤ ਤੋ ਬੜਾ ਅਸਈਰਾਨੀਉ ਕਹਦੇ ਆਰੇ ਆਦੀ ਤੇ ਮੈਨੂੰ ਸਮਝ ਆਈਏ ਤੇ ਆਦੀ ਕੀ ਆ ਇਹ ਆਦੀ ਆਤੀਤ ਕੋਈ ਤੇ ਆਦੀ ਫਾਰਸੀ ਹੈ ਅਸਰ ਇਹ ਡਾਕਟਰ ਸਾਹਿਬ ਅਗਰ ਦੇਖੋ ਤੇ ਜਿੰਨੀ ਵੀ ਜ਼ੁਬਾਨਾਂ ਉਦੇਸ਼ਕਾਰ ਜੇ ਦੂਸਰੀ ਜ਼ੁਬਾਨ ਮਿਲਦੀਏ ਤੇ ਕੁਛ ਆਪਣੇ ਨਕਸ਼ੇ ਜੜੀਏ ਤੇ ਉਹ ਛੋੜ ਦਿੰਦੀ ਤੇ ਖਾਲੀ ਸਾਡੇ ਕਿਹੜੇ ਦਾ ਮਕਸਦ ਆਇਆ ਕਿ ਤੁਹਾਨੂੰ ਅਸੀਂ ਯਕੀਨ ਦਿਲਾ ਦਈਏ ਕਿ ਅਸੀਂ ਪਿਸ਼ੋਰੀਵਾਨ ਸਾਨੂੰ ਪਿਸ਼ੋਰੀਵਾਨ ਹਾਜ਼ਰ ਵਕਤ ਪਿਸ਼ੋਰੀ ਨਹੀਂ ਬਲਕਿ ਪੁਰਾਣੇ ਜਿਹੜੇ ਪਿਸ਼ੋਰੀ ਹੈ ਉਹਨਾਂ ਦੀ ਵੀ ਜ਼ੁਬਾਨਾਂ ਤੇ ਉਹਨਾਂ ਦੀ ਵੀ ਗੱਲਬਾਤ ਸਾਰੀ ਯਾਦ ਹੈ ਉਹ ਮੈਂ ਡਾਕਟਰ ਸਾਹਿਬ ਅਲ ਜ਼ਰਾ ਦੂਸਰੀ ਗੱਲ ਆ ਰਾਨਾ ਕਿ ਯਕੀਨ असि देखने के सिशोरी कावा बड़ा मशहूर है अस डॉक्टर साहब कहवा नी पी जड़े कि मशहूर चाय है असं इंगलैंड बैठ के शीर चाय बनाने अपनी कल्चर क्योंकि उस बड़ी मशहूर सी है कि क्या किसी भी ग्रां जो तुसी कावा तो कावे का मजा नहीं आता उसका रंग उस तरीके से नहीं जो इसी तो पिशोर आने पिशोर दी है ते उस पानी तो कावा बढ़ता है खसूसन तो किसानी बाजार चार बढ़ता है उस कहवे ना रंगत ना जायका किसी और जगह पर नहीं हो सकती खाली थ पिशोर के अंदर कावा बढ़ाने खसूसन जहरी कावा पिलानते ज ਵਾ ਪਿਸ਼ੋਰ ਦੇ ਚਾਰ ਹੀ ਬਾਕੀ ਜਿਹੜੇ ਲੋਕ ਉਹਨੋ ਵੀ ਨਹੀਂ ਬਣਾ ਸਕਦੇ ਜੀ ਅੱਛਾ ਜੀ ਬਿਲਕੁਲ ਤੁਹਾਨੂੰ ਬੜੀ ਅੱਛੀ ਗੱਲ ਕੀਤੀ ਇਸ ਇਹ ਜਿਹੜੇ ਤੁਹਾਨੂੰ ਪਾਣੀ ਦੀ ਗੱਲ ਕੀਤੀ ਹਾਂ ਜੀ ਹਾਂ ਪਾਣੀ ਜਿਹੜਾ ਪਿਸ਼ੋਰ ਦਾ ਜਿਹੜਾ ਪਾਣੀ ਹੈ ਉਹ ਤੁਸੀਂ ਯਕੀਨ ਮੰਨੋ ਇੱਥੇ ਇੰਗਲੈਂਡ ਵਿੱਚ ਮਸ਼ਹੂਰ ਹੈ ਅੱਛਾ ਇੰਗਲੈਂਡ ਵਿੱਚ ਮਸ਼ਹੂਰ ਹੀ ਨਹੀਂ ਤੁਸੀਂ ਮੈਂ ਈਵਨ ਲੋਕਾਂ ਨੂੰ ਸ਼ਰਤੀਆ ਕਹਿੰਦਾ ਈਵਨ ਪਾਕਿਸਤਾਨ ਵਿੱਚ ਮੈਂ ਬੜੇ ਸਿਟੀਜ਼ ਗਿਆ ਇਸਲਾਮਾਬਾਦ ਲਾਹੌਰ ਜਿੰਨਾ ਮਿੱਠਾ ਪਾਣੀ ਪਿਸ਼ੋਰਦਾ ਕਹਿੰਦੇ ਨੇ ਜੋ ਬਾੜੇ ਦਾ ਪਾਣੀ ਤੁਹਾਨੂੰ ਸੁਣੋ ਬਾੜੇ ਦਾ ਪਾਣੀ ਬਾੜੇ ਦਾ ਪਾਣੀ ਤੁਹਾਨੂੰ ਕਹਿੰਦੇ ਆ ਬਾੜੇ ਦਾ ਪਾਣੀ ਤੁਸੀਂ ਗੱਲ ਕਰਦੋਂ ਕਰਸੋ ਬਾੜੇ ਦਾ ਪਾਣੀ ਜੀ ਬਾੜੇ ਦਾ ਪਾਣੀ ਜੜਾ ਹੈ ਉਹਦੀ ਜਿਹੜੀ ਯਾਨੀ ਸ਼ੋਹਰਤ ਹੈ ਉਹ ਇਥੇ ਇੰਗਲੈਂਡ ਤੱਕ ਇੰਗਲੈਂਡ ਤੱਕ ਇੰਗਲੈਂਡ ਦੇ ਉਹ ਲੋਕ ਮੈਂ ਇਸ ਜਨਰੇਸ਼ਨ ਦੀ ਗੱਲ ਨਹੀਂ ਪਿਆ ਕਰਨਾ ਹੋਂ ਜਿਹੜੀ ਜੈਕ ਜਨਰੇਸ਼ਨ ਨੇ ਜਿਹੜੀ ਉਸ ਮੈਂ ਗੱਲ ਪਿਆ ਕਰਦਾ ਪਤਾ ਨਹੀਂ ਹਸੀ ਉਹ ਲੋਕ ਜਿਹੜੇ ਲੈਟ ਸੇ ਜਿਨ੍ਹਾਂ ਨੇ ਸੈਕੰਡ ਵਰਲਡ ਵਾਰ ਦੇਖੀ ਹੈ ਜਾਂ ਉਹਦੇ ਪਹਿਲੇ ਯਾਨੀ ਕਿ ਜਦੋਂ ਪਾਕਿਸਤਾਨੀ ਬੜਿਆ ਇਸੀ ਬ੍ਰਿਟਿਸ਼ ਰਾਜ ਅੰਦਰ ਜੋ ਜਿਹੜੇ ਨੇ ਟਾਈਮ ਉਥੇ گزارਿਆ ਹੋਏ ਉਹ ਲੋਕ ਯਾਨੀ ਜਿਨ੍ਹਾਂ ਨੂੰ ਥੋੜੀ ਬਹੁਤ ਇੰਡੀਅਨ ਸਬਕਾਂਟਿਨੈਂਟ ਦੀ ਹਿਸਟਰੀ ਪਤਾ ਉਹਨਾਂ ਨੂੰ ਵੀ ਪਤਾ ਹੈ ਇੱਥੇ ਦੇ ਲੋਕ ਕਿਤਾਬਾਂ ਲਿਖ ਕੇ ਗਏ ਤੇ ਉਸ ਵਿੱਚ ਦੇ ਰਿਵਰ ਆ ਬਾੜਾ ਜੜਾ ਤੇ ਪਾਣੀ ਦਾ بار-बार ਜ਼ਿਕਰ ਹੈ ਤਾਂ ਤੇ ਜਿਹੜੇ ਇਨਦੀ ਹਿਸਟੋਰੀਅਨ ਉਹਨਾਂ ਨੂੰ ਵੀ ਪਤਾ ਹੈ ਕਿ ਬਾੜੇ ਜਿਹਾ ਮਿੱਠਾ ਪਾਣੀ ਅੰਗਰੇਜ਼ਾਂ ਨੇ ਇਸ ਮੁਲਕ ਜਿੱਥੇ ਸੇ ਸਮਝ ਪਿਊਰੀਫਾਈਡ ਤੇ ਕੇ ਕੇ ਜਿਹੜੀ ਤਕਰੀਬਨ ਕੈਮੀਕਲ ਮਿਲਿਆ ਇਤਨਾ ਜ਼ਬਰਦਸਤ ਪਾਣੀ ਇਹ ਆਪਣੇ ਕਹਿੰਦੇ ਨੇ ਜੜੇ ਇਹਨਾਂ ਤੇ ਫੋਰ ਐਗਜ਼ਾਮਪਲ ਜਿਹੜੇ ਵੌਇਜਰ ਇਹ ਫਿਰ ਇਹਨ ਮੁਖਤਲਫ ਕਹਿੰਦੇ ਨੇ ਇਤਨਾ ਮਿੱਠਾ ਪਾਣੀ ਜਿਹੜਾ ਪਾਪ ਪਿਸ਼ਾਹੋਰ ਗਿਆ ਤੇ ਉਹਨੇ ਬਾੜੇ ਦਾ ਪਾਣੀ ਪੀਤਾ और भी और किसी जगह पिछोर की खुशूसीियत हैिछोरी खुशूसी पर याद कराने कि सू तो याद है मतलब तुम्हें भुल जाओ किधर जी हाँ नीति थोड़ी जी अगर गलबात बताने पिछोरी वाहन है पिछोरी बैठक है डॉक्टर साहब मेरे न मैं भी बैठे हाँ अभी जो शीर्षा इंजॉय कर रहे हैं लेकिन वह तो एक दूसरी गल कर सू बैठे बैठे किस खानी की जड़ी है ना किस खानी की गल जी हो रही गल है जी किस खानी जिसकार जरा अजब लहरा

ਕਾਇਮ ਰਹਿ ਗਿਆ ਉਦੋਂ ਜਦੋਂ ਥੋੜੀ ਜਿਹੀ ਬਤਾਓਇ ਅਚੈ ਬੜੀ ਦੇਰ ਆਇਆ ਦੁਰਸਤ ਆਇਆ ਲੇਕਿਨ ਬੜਾ ਵਕਤ ਲਗਾ ਲੇਕਿਨ ਹਮੇਸ਼ਾ ਕਰਨਾ ਜੀ ਕਿ ਕਿਨੇ ਜੜੀ ਕੌਮ ਆਪਣੀ ਤਾਰੀਖ ਨੂੰ ਨਾ ਭੁੱਲੇ ਆਪਣੇ ਪਾਸਟ ਨੂੰ ਨਾ ਭੁੱਲੇ ਜੋ ਆਪਣਾ ਫਿਊਚਰ ਵੀ ਬਣਾਉਂਦੀ ਹੈ ਜਿਨ੍ਹਾਂ ਕੌਮਾਂ ਨੇ ਆਪਣਾ ਪਾਸਟ ਭੁਲਾ ਦਿੱਤਾ ਹੈ ਯਾ ਉਸ ਦੋਤੋਸ਼ ਅਰਮਿਦਮੈਸ ਉਹਨਾਂ ਨੇ ਕਿਹਾ ਉਹ ਫਿਰ ਲਖ ਸਫਾਤੀ ਸੀ ਮਿਟ ਗਏ ਸਫਾਤੀ ਮਿਟ ਗਏ ਦੇਖੋ ਜੀ ਪਿਸ਼ੋਰ ਦੀ ਬੜੀ ਪੁਰਾਣੀ ਤਾਰੀਖ ਹੈ ਬੜੀ ਪੁਰਾਣੀ ਤਾਰੀਖ ਹੈ ਵਨ ਆਫ ਦਾ 올ਡੇਸਟ ਸਿਟੀਜ਼ ਆਫ ਦਾ ਵਰਲਡ ਜਿਹੜੀ ਇਥੇ ਨਹੀਂ ਕਿੰਨੇ-ਕਿੰਨੇ ਉਕਮਰਾਨ ਗੁਜ਼ਰੇ ਸਿੱਖਾਂ ਦਾ ਟਾਈਮ ਗੁਜ਼ਰਿਆ ਉਸੇ ਪਹਿਲੇ ਜਿਹੜੇ ਨੀਂਗੋ ਦਾ ਟਾਈਮ ਗੁਜ਼ਰਿਆ ਉਸੇ ਪਹਿਲੇ ਜਿਹੜੇ ਚਾਰਜ ਦੇਤੇ ਬੜੇ ਮੁxtਲਫ ਰੂਲਰਸ ਦੇ ਉਤੇ ਰੂਲ ਕਰਕੇ ਗਏ ਇਹ ਸਿਟੀ ਫਿਰ ਵੀ ਖਲੋਤਾਰੀ ਇਨਰ ਆਪਣੀ ਕਲਚਰ ਉਹ ਚਾਰਜੜੀ ਜੀ ਤਾਰੀਖ ਬੜੀ ਰਿਚ ਹਿਸਟਰੀ ਐਸ ਦੀ ਤੇ ਉਸੇ ਜਿਹੜੀ ਤੁਸੀਂ ਦੇਖੋ ਪੁਰਾਣਾ ਸ਼ਹਿਰ ਜਿਹੜਾ ਹੈ ਜਿਹਨੂੰ ਕਹਿੰਦੇ ਨੇ ਦੀ ਵੋਲਟ ਸਿਟੀ ਆਫ ਪਿਸ਼ਾਵਰ ਅੱਛਾ ਉਸ ਦੀ ਇੱਕ ਸਿੰਬੋਲਿਕ ਹਿਸਟੋਰੀਕ ਕੁੱਤੀ ਕਪੜੀ ਅਹਿਮੀਅਤ ਹੈ ਕਿ ਤਕਰੀਬਨ 70 ਤੱਕ ਤੁਸੀਂ ਦੇਖੋ ਤੇ ਕਾਫੀ ਹੱਦ ਤੱਕ ਇਹ ਜੜਾ ਵਰਲਡ ਸਿਟੀ ਆ ਇਸ ਦੇ ਤਕਰੀਬਨ ਐ ਪੈਕ ਐਸੈਪਟੇਬਲ ਪ੍ਰੇਜ਼ੈਂਟੇਬਲ ਹਾਲਤ ਵਿੱਚ ਮੌਜੂਦ ਹੈ ਆਫਟਰ ਇਹ ਜੜਾ ਰੈਫਿਜੀ ਇਨਫਲਕਸ ਸ਼ੁਰੂ ਹੋਇਆ ਜਦੋਂ ਇਹ ਕਿ ਜੜਾ ਅਫਗਾਨਿਸਤਾਨ ਵਿੱਚ ਸੋਵੀਅਤ ਇਨਵੇਸ਼ਨ ਸ਼ੁਰੂ ਹੋਇਆ ਤੇ ਬਹੁਤ ਜ਼ਿਆਦਾ ਜੜੇ ਇਨਫਲਕਸ ਇਸ ਤਰ੍ਹਾਂ ਰੈਫਿਜੀ ਆ ਉਹਦੇ ਨਾਲ ਜੜਾ ਜੀ ਇਹ ਬਹੁਤ ਜ਼ਿਆਦਾ ਫਿਜ਼ੀਕਲ ਡਿਸਟਰਕਸ਼ਨ ਪਿਸ਼ਾਵਰ ਦੀ ਬਹੁਤ ਜ਼ਿਆਦਾ ਹੋਈ ਫਿਜ਼ੀਕਲ ਡਿਸਟਰਕਸ਼ਨ ਇਨ ਦ ਸੈਂਸ ਕਿ ਜਿਹੜਾ ਬਿਲਕੁਲ ਬੇਹੰਗਮ ਤਰੀਕੇ ਦੇ ਨਾਲ ਆਬਾਦੀਆਂ ਦائیں ਬائیں ਜੜੀ ਐ ਆਊਟ ਆਫ ਦੀ ਵਾਲਟ ਸਿਟੀ ਜਿਹੜੇ ਕ੍ਰਾਸ਼ਮੈਂਟ ਹੋ ਰਿਹਾ ਹੈ ਤੇ ਕ੍ਰਾਸ਼ਮੈਂਟ ਉਹਦੇ ਨਾਲ ਜਿਹੜੇ ਉਹ ਪੁਰਾਣੇ ਸਟਰਕਚਰ ਹੋ ਉਹ ਬਹੁਤ ਹੱਦ ਤੱਕ ਟੈਪੀ ਹੋ ਗਏ ਦੀਵਾਰਾਂ ਟੈਪਿੰਗ ਜਿਹੜੇ ਉਹ ਦਰਵਾਜ਼ੇ ਟੈਪਿੰਗ ਜੀ ਬਿਲਕੁਲ ਉਹ ਖਰਾਬ ਹੋ ਗਏ ਬਿਲਕੁਲ ਬਾਜ਼ ਜਗ੍ਹਾ ਤੇ ਪਤ ਨਹੀਂ ਲੱਗਦਾ ਕਿ ਠਿਕ ਦੀ ਫਸੀਲ ਵੀ ਆਈ ਇਹ ਮੈਂ ਸਮਝਦਾ ਵਟ ਏਵਰ ਲਾਈਕ ਇਰਿਸਪੈਕਟਿਵਰ ਪੋਲਿਟੀਕਲ ਅਫੀਲੀਏਸ਼ਨ ਜਿਹੜੀ ਗਵਰਨਮੈਂਟ ਨੇ ਇਹ ਕੰਮ ਕੀਤਾ ਹੈ ਕਿ ਜਿਹੜੀ ਪਿਸ਼ਾਵਰ ਨੂੰ ਉਹਦੀ ਪੁਰਾਣੀ شناخت ਵਾਪਸ ਲੈ ਕੇ ਆ आई थिंक कि उन भी बहुत कुछ करने की जरूरत है जिस तरह ਤੁਸੀਂ لاہور ਨੂੰ ਦੇਖੋ ਇਨਰ لاہور ਨੂੰ ਉਹਨਾਂ ਨੇ ਜਿਸ ਤਰ੍ਹਾਂ ਅੰਦਰ ਲਾਈਟਾਂ ਲਾਈਆਂ ਉਹਨਾਂ ਨੇ ਬਾਕਾਇਦਾ ਬੈਂਚ ਬੜਾਇਨ ਬਾਕਾਇਦਾ ਉਹਨਾਂ ਨੇ ਪ੍ਰੋਪਰ ਪੇਵਮੈਂਟ ਕੀਤੀ ਹੈ ਜਿਹੜੇ ਨਾਲੀਆਂ ਨੇ ਉਹਨਾਂ ਨੂੰ ਪਖਤਾ ਕੀਤਾ ਹੈ ਬਾਕੀ ਦਾ ਪ੍ਰੈਜ਼ੈਂਟੇਬਲ ਕੀ ਜਿਹੜੇ ਟੂਰਿਸਟ ਆਉਣ ਬਾਅਦ ਮੁਲਕ ਸੀ ਉਹ ਅੰਦਰ ਜਾਉਂਦੇ ਉਹ ਉਹਨਾਂ ਨੂੰ ਅੱਛਾ ਲੱਗੋ ਉਹਨਾਂ ਨੂੰ ਅੱਛਾ ਲੱਗਿਆ ਤੁਹਾਨੂੰ ਡਾਕਟਰ ਸਾਹਿਬ ਬਿਲਕੁਲ ਤੁਹਾਨੂੰ ਬੜੀ ਖੂਬਸੂਰਤ ਪੁਆਇੰਟ ਆਊਟ ਕੀਤੇ ਤੁਸੀਂ ਮੈਂ ਵੱਧ ਵੀ ਪੁਆਇੰਟ ਆਊਟ ਕਰਦਾ ਸਮ ਰਿਗਾਰਡਲੈਸ ਆਫ ਕਿਸੇ ਪੋਲਿਟਿਕਲ ਅਫੀਲੀਏਸ਼ਨ ਦੇ ਅਸੀਂ ਦੇਖਦੇ ਹਾਂ ਕਿ ਇਸ ਵਾਰ ਦੀ ਸਰਕਾਰ ਨੇ ਜਿਹੜੀ ਤਹਿਸੀਲ ਦੀ ਚੜਾਈ ਇਹ ਬੜੀ ਖੂਬਸੂਰਤ ਤਰੀਕੇ ਤੇ ਉਹਨਾਂ ਨੇ ਡਾਊਨ ਟਕਲ ਸਜਾਈ ਹੈ बेहतरीन तरीके बल्ब लगाए सदर बाजार मुख्तलिफ जी बेचा बिल्ड देखा तहसील गुरगरी बड़ा खूबसूरत बड़ा दिता किता बिल्कुल जी एजी चीजा की जे

खने नासयद साहब अपना काम एहसन तरीके सर अंजाम देने देखने है जितने बाकी साथी हो ਆ ਯੂਨੀਵਰਸਿਟੀ ਦੇ ਪ੍ਰੋਫੈਸਰ ਜਿਹੜੇ ਨੇ ਪ੍ਰੋਫੈਸਰ ਅਜ਼ਰਾਦ ਜਿਹੜੇ ਨੇ ਤੇ ਉਹ ਇਹਨਕੋ ਦੇ ਅਦਬ ਇਹਨਕੋ ਅਦਬ ਨੂੰ ਅੱਗੇ ਪਹਿ ਲੈ ਕੇ ਚੱਲਦੇ ਅਸੀਂ ਵਾਕਈ ਅੱਜ ਉਹਨਾਂ ਦੀ ਮਰਹੂਮੇ ਮਿੰਨਤ ਹੈ ਕਿ ਅਸੀਂ ਬੈਠੇ ਆ ਤੇ ਅਸੀਂ ਉਹਨਾਂ ਨੂੰ ਯਾਦ ਦਿਲਾਣੇ ਕਿ ਜੀ ਤੁਹਾਡੀ ਕਾਸ਼ਾ ਕਿਸੇ ਜਗ੍ਹਾ ਤੇ ਜ਼ਾਇਆ ਨਹੀਂ ਗਈਆਂ ਅਸੀਂ ਦੁਨੀਆ ਦੇ ਦੂਸਰੇ ਕੋਨੇ ਦੇਚਕਾਰ ਬੈਠੇ ਆ ਇੰਗਲੈਂਡ ਦੇਚਕਾਰ ਬੈਠੇ ਆ ਲੇਕਿਨ ਅਸੀਂ ਪਈ ਆਪਣੀ ਜ਼ੁਬਾਨ ਬੋਲਦੇ ਆ ਤੇ ਆਪਣੀ ਜੇ ਸਾਰੇ ਲੋਕਾਂ ਨਾਲ ਮਿਲ ਕੇ ਤੇ ਤੁਹਾਡੇ ਸਾਹਮਣੇ ਹਾਜ਼ਰ ਹੋ ਕੇ ਤੁਹਾਨੂੰ ਇਸੋ ਸੀ ਜਿਹੜੇ ਤੇ ਆਪਣਾ ਸਲਾਮ ਪੇਸ਼ ਕਰਨੇ ਕਿ ਤੁਸੀਂ ਜਿਹੜੇ ਤੇ Enjoy ਕਰ ਸਕੋ ਜੀ ਜੀ ਬਿਲਕੁਲ ਦਿੱਲੀ ਚ ਰੰਦੇ ਤੇ ਇਹ ਜਿਹੜੀ ਤੁਹਾਨੂੰ ਉਨੀ ਗੱਲ ਕੀਤੀ ਕਿ ਜਿਹੜਾ ਗਵਰਨਮੈਂਟ ਨੇ ਥੋੜਾ ਜਿਹਾ ਡਿਵੈਲਪਮੈਂਟ ਕੀਤੀ ਹੈ ਮੈਂ ਲੋਕਾਂ ਸੀ ਦਰਖਾਸਤ ਕਰਸਾਂ ਕਿ ਪਲੀਜ਼ ਗਵਰਨਮੈਂਟ ਜੀ ਡਿਵੈਲਪ ਕਰਦੀ ਹੈ ਉਹਨੂੰ ਤੁਸੀਂ ਉਸ ਦਾ ਖਿਆਲ ਰੱਖੋ

बहुत मशहूर है इतने भी लोग जोड़े पुछते हैं स्पैशली जो पता लगता है कि भाई दे, दे बिललोंग टू पिशावर कई दफ़ा मेरी से सवाल किया अच्छा जी थोड़े तो शहर का बड़ा हालसा ने सुना है कि इसी हिस्टरी के, जी के मैं तो बड़ा फखर फील कर रहा फिर मैं सोचना कि अभी मनु मौका मिले

तुम अपनी और रेनोवेशन जी हुकूमत ने इतनी तकलीफ देना की पार्टीसिपेट करो उसका ख्याल जरूर करो ताकि असी बड़ी बड़े बड़े फखर के ना अपने साथियों जिक्र करने किसी पिशावर कर ते बड़े साथी जड़े वो करने से ताल्लुक रखने से साड़े तैयार हो साकिस्तान का विजिट करने पिशोर का विजिट करने बस दिल्च यह रै जाए डर कभी कहीं कि असं अगर आई हाँ तो चीज़ा टूटिया भजिया मिले जी सी अपनी अखियां के बड़ी खूबसूरत देखी तो सू बहुत अफसोस होती बड़ी शर्मिंदगी अमीद रखने कि तु सर्मिंदगी जरूर बचासो असी पिछोरी हाँ सू पिशोर दी अपनी जुबान से बड़ा फख्र है साढ़े प्रोग्राम देखते दे रहो असी किसी दूसरे प्रोग्राम से घर जरूर हाज़िर दस हाँ मैं तो डॉक्टर साहब न इजाजत दो अलागवान